ਤੁਸੀਂ ਸਰਕਾਰ ਤੱਕ ਕਦੇ ਪਹੁੰਚ ਕੀਤੀ ਕਿ ਕੈਂਸਰ ਹੋਸਪਿਟਲ ਹੋਣੇ ਚਾਹੀਦੇ ਹੈ, ਜਿਹੜੇ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਸਰਕਾਰ ਕੋਲ ਤੁਸੀਂ ਪਹੁੰਚ ਕਰਦੇ ਹੋ, ਕਿਸੇ ਮੰਤਰੀ ਕੋਲ ਜਾਂ ਪੰਜਾਬ ਸਰਕਾਰ ਕੋਲ ਕਦੇ ਪਹੁੰਚ ਕੀਤੀ? ਹੋਣਾ ਤਾਂ ਬਹੁਤ ਕੁਛ ਚਾਹੀਦਾ ਬਾਈ, ਹੈ ਨਹੀਂ ਨਾ ਪਹੁੰਚ ਤਾਂ ਅਸੀਂ 8 ਸਾਲਾਂ 'ਚ ਮੈਨੂੰ ਲੱਗਦਾ ਕੋਈ ਪੰਜਾਬ ਦਾ ਕੋਨਾ ਛੱਡਿਆ ਹੀ ਨਹੀਂ, ਔਰ ਕਿਹੜੇ ਲੀਡਰ ਨੂੰ ਸਾਡੀਆਂ ਵੀਡੀਓ ਨਹੀਂ ਦਿਖਦੀਆਂ, ਸਭ ਨੂੰ ਸਭ ਦਾ ਪਤਾ, ਰੌਲਾ ਅਮਲ ਦਾ, ਗੱਲ ਉਹੀ ਆ ਗਈ, ਗਿਆਨੀ ਅੱਜ ਸਾਰੇ ਨੇ, ਅਮਲ ਕੌਣ ਕਰ ਰਿਹਾ? ਤਾਂ ਸਰਕਾਰਾਂ ਦੀ ਤਰਾਸਦੀ ਹੈ ਤਾਂ ਹੀ ਬੈਠੇ ਹਾਂ ਨਾ, ਸਰਕਾਰਾਂ ਚੱਜਦੀਆਂ ਹੋਣ ਤਾਂ ਮੈਨੂੰ ਕੋਈ ਲੋੜ ਪਈ ਇੱਥੇ ਕੁਰਸੀ ਟੇਬਲ ਲਾ ਕੇ ਬੈਠਣ ਦੀ? ਸਰਕਾਰਾਂ ਦੇ ਕੰਮ ਨੇ, ਲੋਕ ਟੈਕਸ ਦਿੰਦੇ ਨੇ, ਪਰ ਕਿਤੇ ਨਾ ਕਿਤੇ ਫੇਲੀਅਰ ਹੈ ਗੌਰਮੈਂਟ ਦਾ, ਤਾਂ ਹੀ ਅਸੀਂ ਇੱਥੇ ਬੈਠੇ ਹਾਂ। ਅਤੇ ਜੇ ਸਰਕਾਰ ਚੱਜਦੀ ਹੋਵੇ ਤਾਂ ਸਾਡੇ ਵਰਗੀ ਯੂਥ ਦੀ ਵੀ એનર્ਜੀ ਲਾਵੇ। ਅੱਜ ਤੋਂ ਗਿਆ ਸੀਗਾ 1 ਸਾਲ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲ, ਅਤੇ ਉਹੀ ਰਿਕੁਐਸਟ ਕੀਤੀ ਸੀ ਕਿ ਮਾਨ ਸਾਹਿਬ ਸਾਡੇ ਕੋਲ ਇੰਨਾ ਦਾਨ ਹੈ, ਤੁਹਾਡੇ ਕੋਲ ਇੰਨੀ ਸਰਕਾਰ ਦਾ ਟੈਕਸ ਹੈ, ਮਿਲ ਕੇ ਮਦਦ ਕਰੀਏ। ਟੈਕਸ ਵੀ ਇੱਕ ਤਰ੍ਹਾਂ ਦਾ ਦਾਨ ਹੀ ਹੈ, ਬੰਦਾ ਟੈਕਸ ਵੀ ਦਿੰਦਾ, ਦਾਨ ਵੀ ਦਿੰਦਾ, ਫਿਰ ਮਰੀਜ਼ ਰੁੱਲ ਰਿਹਾ। ਕਿਉਂ? ਮੈਨੇਜਮੈਂਟ ਦੀ ਕਮੀ ਹੈ। ਸਾਡੇ ਇੱਥੇ ਬੱਚਿਆਂ ਨੂੰ ਬੱਚਾ ਹੀ ਸਮਝਿਆ ਜਾਂਦਾ ਜਦੋਂ ਤੱਕ ਉਹ ਚਿੱਟੇ ਵਾਲ ਨਹੀਂ ਲੈ ਆਉਂਦਾ ਦਾੜੀ 'ਤੇ, ਉਹ ਜਵਾਕ ਹੈ। ਅਸੀਂ ਵੀ 17 ਸਾਲ ਪਹਿਲਾਂ ਜਵਾਕ ਹੀ ਸੀ, ਸਾਨੂੰ ਤਾਂ ਅੱਜ ਵੀ ਜਵਾਕ ਕਹਿੰਦੇ ਨੇ ਵੀ 25-26 ਸਾਲ ਦਾ ਨੌਜਵਾਨ ਕੀ ਕਰ ਲਏਗਾ। ਠੀਕ ਹੈ, ਫਿਰ ਉਡੀਕ ਕਰ ਰਹੇ, ਚਿੱਟੇ ਵਾਲ ਆਉਣਗੇ ਕਿਸ ਦਿਨ, ਤਾਂ ਉਦੋਂ ਬਹਿ ਕੇ ਗੱਲ ਕਰ ਲਾਂਗੇ ਇਹਨਾਂ ਨਾਲ। ਹਾਂ, ਹੁਣ ਤਾਂ ਸਿਆਣੇ ਹੋ ਗਏ, ਕਿਉਂਕਿ ਲੋਕ ਸਿਆਣਤਾ ਸ਼ਬਦਾਂ 'ਚ ਅਤੇ ਕਿਰਦਾਰਾਂ 'ਚ ਘੱਟ ਦੇਖਦੇ ਨੇ, ਲੋਕ ਸਿਆਣਤਾ ਉਮਰ 'ਚ ਦੇਖਦੇ ਨੇ, ਉਮਰ ਕਿੰਨੀ ਆ। ਤਾਂ ਕਹਿੰਦੇ ਨੇ ਕਿ ਜੀ ਏਜ ਇਜ਼ ਜਸਟ ਅ ਨੰਬਰ, ਕੱਦ ਤੁਹਾਡੇ ਕਿਰਦਾਰ ਦੇ ਤੁਹਾਡੀ ਇੱਥੋਂ ਪਤਾ ਲੱਗਦਾ ਕਿ ਤੁਹਾਡਾ ਕੀ ਕੱਦ ਹੈ, ਬੋਲਦੇ ਕੀ ਹੋ, ਕੀ ਮੁੱਦਾ, ਤੁਸੀਂ ਤੁਹਾਡੀ ਹਾਈਟ ਕਿੰਨੀ ਹੈ, ਤੁਹਾਡੀ ਪਦਵੀ ਕੀ ਹੈ, ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ।